ਬੀਤੇ ਕੱਲ੍ਹ ਜਨਾਲੇ ਦੇ ਵਿੱਚ ਇੱਕ ਮਾਮਲਾ ਦਰਜ ਹੁੰਦਾ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਸਾਥੀਆਂ ਦੇ ਖਿਲਾਫ ਉਸ ਤੋਂ ਬਾਅਦ ਇੱਕ ਵੱਡਾ ਮੁੱਦਾ ਸਾਹਮਣੇ ਆਉਂਦਾ ਤਾਂ ਭਾਈ ਅਮਰਿਤਪਾਲ ਸਿੰਘ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਕਿ ਪ੍ਰਸ਼ਾਸਨ ਨੇ ਇਸਰਾਸਰ ਧੱਕਾ ਕੀਤਾ ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਕਿਹਾ ਕਿ ਜਲੂਪੁਰ ਖੇੜਾ ਪਹੁੰਚ ਕੇ ਇੱਕ ਜੱਥਾ ਇਕੱਠਾ ਕਰੀਏ ਇੱਕ ਸੰਗਤ ਇਕੱਠੀ ਕਰੀਏ ਤਾਂ ਜੋ ਜਨਾਰੇ ਵਾਲ ਚੱਲੇ ਪਈਏ ਤੇ ਗ੍ਰਿਫਤਾਰੀਆ ਦੇਈਏ ਤਾਂ ਜੋ ਸਰਕਾਰ ਦੇ ਕੰਨ ਖੁੱਲਣ ਬਾਕੀ ਜਾਣਕਾਰੀ ਲੈ ਲੈਣੇ ਭਾਈ ਸਾਹਿਬ ਤੋਂ ਭਾਈ ਸਾਹਿਬ ਜਿਹੜਾ ਮਾਮਲਾ ਦਰਜ ਹੋਇਆ ਡੀਐਸਪੀ ਨੇ ਖੁਦ ਬਾਈਟ ਦੇ ਕੇ ਨਿਕਲ ਕੇ ਕੀਤੀ ਹੈ ਕਿ ਉਹ ਖਿਲਾਫ ਬੋਲਿਆ ਤੁਹਾਡੇ ਤੁਸੀਂ ਸ਼ੁਰੂਆਤ ਕੀਤੀ ਸੀ ਮਤਲਬ ਇਹ ਸ਼ੁਰੂਆਤ ਕਦੋਂ ਹੋਈ ਇਹ ਸਾਰੇ ਮਾਮਲੇ ਦੀਆਂ ਤੁਹਾਨੂੰ ਜਾਣਦਾ ਸੀ ਇਹ ਵਰਿੰਦਰ ਸਿੰਘ ਨਾਮ ਦਾ ਸ਼ਖਸ ਮੈਂ ਨਿੱਜੀ ਤੌਰ ਤੇ ਨਹੀਂ ਜਾਣਦਾ ਕੋਈ ਲੰਬੇ ਸਮੇਂ ਤੇ ਸਾਡੇ ਜਥੇ ਤੇ ਗਰੀਨ ਦੇ ਪਿੱਛੇ ਜੇ ਨਾ ਪੈਨਿਕ ਕ੍ਰੀਏਟ ਕਰਨ ਨੂੰ ਵੀ ਹੀਰ ਦੇ ਵਿੱਚ ਇਲਜ਼ਾਮ ਲਾਦਾ ਵੀ ਮੇਰੇ ਨਾਲ ਦਾ ਸਿੰਘ ਕੋ ਬਿਕਰਮ ਸਿੰਘ ਹੈ ਤੇ ਉਹ ਮੈਨੂੰ ਗੋਲੀ ਮਾਰੂਗਾ ਪੰਜ ਸੱਤ ਦਿਨਾਂ 'ਚ ਹੁਣ ਤੁਸੀਂ ਦੱਸੋ ਸਿਕਿਉਰਿਟੀ ਰੀਜ਼ਨਸ ਵਾਸਤੇ ਕਿੱਡਾ ਵੱਡਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ ਉਦੋਂ ਵੀ ਇਹਦੀ ਜਾਂਚ ਪੜਤਾਲ ਕੀਤੀ ਇਹਨੂੰ ਫੋਨ ਕੀਤੇ ਇਹਨੂੰ ਸਮਝਾਇਆ ਸਿੰਘਾਂ ਨੇ ਵੀ ਨਾ ਇਹ ਕੰਮ ਕਰਾ ਉਹ ਫਿਰ ਮਸਲਾ ਕੋ ਹੋਰ ਲੈ ਕੇ ਬਹਿ ਗਿਆ ਪੁਰਾਣਾ ਕੋ ਮਸਲਾ ਹੈ ਜੀ ਇਦਾਂ ਉਦਾਂ ਜੀ ਇਸ ਸਮਝੌਤਾ ਕਰਨਾ ਚਾਹੁੰਦੇ ਆ ਫਲਾਂ ਅਸੀਂ ਇਸ ਗੱਲ ਨੂੰ ਇਗਨੋਰ ਕੀਤਾ ਵੀ ਵਹੀਰ ਦੇ ਵਿੱਚ ਕੋਈ ਨਹੀਂ ਵੀ ਤੁਸੀਂ ਬੈਠ ਕੇ ਬਾਅਦ ਚ ਆ ਕੇ ਗੱਲ ਕਰ ਲਿਓ ਉਸ ਤੋਂ ਬਾਅਦ ਪਿਛਲੇ 8-10 ਦਿਨ ਤੋਂ ਇਹ ਲਗਾਤਾਰ ਮੇਰੇ ਖਿਲਾਫ ਮੇਰੇ ਪਰਿਵਾਰ ਦੇ ਖਿਲਾਫ ਮੈਨੂੰ ਅਨਪੜ ਫਲਾਣੇ ਇਹੋ ਜਿਹੇ ਲਕਬ ਦੇ ਕੇ ਤੇ ਗੰਦੇ ਤਰੀਕੇ ਦੇ ਨਾਲ ਅਡਰੈਸ ਕਰਨ ਲੱਗ ਪਿਆ ਕੁਝ ਰਿਕਾਰਡਿੰਗਸ ਇਹਦੀਆਂ ਪੱਤਰਕਾਰਾਂ ਤੱਕ ਵੀ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਇਹ ਗਾਲਾਂ ਕੱਢ ਰਿਹਾ ਬਹੁਤ ਵੱਡੀਆਂ ਭੜੀਆਂ ਕਿਸਮ ਦੀਆਂ ਗਾਲਾਂ ਸਾਡੇ ਜੱਥੇ ਦੇ ਸਿੰਘਾਂ ਨੂੰ ਸਾਨੂੰ ਹੁਣ ਉਸ ਤੋਂ ਬਾਅਦ ਇਹ ਜਿਹੜਾ ਵਾ ਇਹਨੂੰ ਸਿੰਘਾਂ ਨੇ ਕਿਤੇ ਫੜ ਕੇ ਮਤਲਬ ਇਹਦੀ ਸਰਵਿਸ ਕੀਤੀ ਹੁਣੀ ਮਾੜੀ-ਮੋਟੀ ਕਿਤੇ ਪਰ ਉਹ ਦੇ ਵਿੱਚ ਕਟਨਾਪਿੰਗ ਇਹੋ ਜਿਹਾ ਮਸਲਾ ਜਿਹੜਾ ਖੜਾ ਕਰਨ ਵਾਲੀ ਗੱਲ ਹੈ ਇਹ ਤਾਂ ਮੈਨੂੰ ਲੱਗਦਾ ਬੇਬੁਨਿਆਦ ਜੀ ਗੱਲ ਹੈ ਐਵੇਂ ਰੌਲਾ ਪਾਇਆ ਜਾ ਰਿਹਾ ਤੁਹਾਨੂੰ ਇਸ ਬਾਰੇ ਕੋਈ ਗਿਆਨ ਸੀਗਾ ਕਿ ਕੁੱਟਮਾਰ ਕੀਤੀ ਗਈ ਸ਼ਖਸ ਦੀਆਂ ਕੁਝ ਨੇ ਮੈਨੂੰ ਬਾਅਦ ਵਿੱਚ ਇਹ ਜ਼ਰੂਰ ਇਸ ਗੱਲ ਦਾ ਪਤਾ ਲੱਗਾ ਜਦੋਂ ਮੀਡੀਆ ਮੋੜੀਆਂ ਦੇ ਵਿੱਚ ਇਹ ਗੱਲਬਾਤ ਆਈ ਹੈ ਪਰ ਕਟਮਾਰ ਦੇ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਹਸਾਬ ਨਾਲ ਕਲੇਮ ਕਰ ਰਿਹਾ 35 ਬੰਦਿਆਂ ਨੇ 3 ਘੰਟੇ ਕੁੱਟਿਆ ਤਾਂ ਤੁਸੀਂ ਆਪ ਦੱਸੋ ਮੈਨੂੰ ਵੀ 3 ਘੰਟੇ ਕੁੱਟਿਆ ਲੱਗਦਾ 35 ਬੰਦਿਆਂ ਨੇ ਉਹ ਉਹ ਬਿਆਨ ਦੇਣ ਦੀ ਹਾਲਤ ਚ ਹੋ ਸਕਦਾ 3 ਘੰਟੇ 35 ਬੰਦੇ ਲਗਾਤਾਰ 3 ਘੰਟੇ ਕਿਹਨੂੰ ਕੁੱਟਦੇ ਹੋਣ ਤੇ ਇਹ ਤੇ ਮੇਰੇ ਖਿਆਲ ਦੇ ਨਾਲ ਬੇਬੁਨਿਆਦ ਤੇ ਵਾਹਿਆਤ ਗੱਲ ਹੈ ਇੱਕ ਸਵਾਲ ਐਸਾ ਜੋ ਸ਼ਾਇਦ ਕਿਤੇ ਨਾ ਕਿਤੇ ਆਮ ਜਨਤਾ ਨੂੰ ਕੁਝ ਸਹੀ ਰਾਹ ਦੇ ਸਕੇ ਕਿ ਅਮਰਿਤਪਾਲ ਦੇ ਨਾਮ ਹੀ ਕਿਉਂ ਇਕਦਮ ਹਾਈਲਾਈਟ ਹੋ ਜਾਂਦਾ ਵਾਰਿਸ ਪੰਜਾਬ ਦੇ ਜਦੋਂ ਮੁਖੀ ਬਣਦੇ ਨੇ ਲੰਬੇ ਖਾਲਸਾ ਵੀਰ ਵੀ ਕੱਤੀ ਜਾਂਦੀ ਹੈ ਕਾਫੀ ਨੌਜਵਾਨ ਜੋੜਦੇ ਵੀ ਉਹ ਨਾਲ ਆਪਣੇ ਹਰ ਬਾਰ ਬਾਰ ਅਮਰਿਤਪਾਲ ਸਿੰਘ ਨਾਮ ਤੇ ਇੱਕ ਖلاف ਹੋ ਗਿਆ ਇਹ ਕਿਵੇਂ ਸਾਹਮਣੇ ਆਉਂਦਾ ਹੈ ਕਿ ਮਤਲਬ ਵੈਰੀ ਵੀ ਆਪਣੇ ਨੇ ਦੇਖੋ ਪੰਥ ਦਾ ਕਾਰਜ ਹੈ ਸਾਡੇ ਕੋ ਨਿੱਜੀ ਕਾਰਜ ਤੇ ਹੈ ਨਹੀਂ ਕਈਆਂ ਨੇ ਕਰਨਾ ਸੀ ਉਹ ਅਤਿਅਸਤਰ ਕੇ ਬੈਠੇ ਰਹੇ ਸਤਗੁਰੂ ਨੇ ਸਾਡੇ ਕੋ ਸੇਵਾ ਲਈ ਉਹਨਾਂ ਨੂੰ ਇਸ ਗੱਲ ਦੀ ਜਲਣਾ ਹੈ ਵੀ ਉਹ ਕਰ ਨਹੀਂ ਸਕੇ ਤੇ ਸਤਗੁਰ ਸਾਡੇ ਕੋਲ ਸੇਵਾ ਲੈ ਰਹੇ ਨੇ ਇਸ ਕਰਕੇ ਸਾਡੇ ਨਾਲ ਇਖਾ ਰੱਖ ਰਹੇ ਨੇ ਦੂਜੀ ਗੱਲ ਹੈ ਨਸ਼ਾ ਵੱਡਾ ਵੱਡਾ ਕਾਰੋਬਾਰ ਹੈ ਬਿਲੀਅਨਸ ਆਫ ਡਾਲਰ ਦਾ ਕਾਰੋਬਾਰ ਹੈ ਇਹਦੇ ਤੇ ਜਦੋਂ ਅਸੀਂ ਚੋਟ ਕੀਤੀ ਹੈ ਵੱਡੇ ਵੱਡੇ ਸਮਗਲਰ ਸਾਡੇ ਦੁਸ਼ਮਣ ਬਣ ਕੇ ਜਾਣ ਦੇ ਵੈਰੀ ਬਣ ਗਏ ਰਾਜਨੀਤਿਕ ਬੰਦੇ ਜਿਨ੍ਹਾਂ ਝੂਠੇ ਵਾਦੇ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਉਹਨਾਂ ਦੇ ਖਿਲਾਫ ਜਦੋਂ ਅਸੀਂ ਮਹਿੰਮ ਛੇੜੀ ਹੈ ਅਮਰਤ ਸੰਚਾਰ ਦੀ ਮਹਿੰਮ ਸ਼ੁਰੂ ਕੀਤੀ ਹੈ ਧਾਰਮਿਕ ਪ੍ਰਚਾਰ ਕੀਤਾ ਤੇ ਉਦੋਂ ਸਾਡੇ ਉਹ ਵੀ ਦੁਸ਼ਮਣ ਬਣ ਗਏ ਧਰਮ ਦੇ ਅਖੌਤੀ ਧਰਮੀ ਵੀ ਦੁਸ਼ਮਣ ਬਣ ਗਏ ਸੋ ਅਸੀਂ ਤੇ ਹਰ ਇੱਕ ਤੇਰਨਾ ਦਸ਼ਮਣੀ ਸਹਿੜ ਹੁਣ ਉਸ ਤੋਂ ਬਾਅਦ ਇਹ ਇਹਦੇ ਨਤੀਜੇ ਇਹੋ ਪਾਨੂੰ ਭੁਗਤਨੇ ਪੈਣੇ ਇਹਦੇ 'ਚ ਕੋਈ ਅਸੀਂ ਡਰਦੇ ਨਹੀਂ ਕਿਸੇ ਗੱਲ ਤੋਂ ਨਾ ਪਰਚਿਆਂ ਤੋਂ ਨਾ ਮਰਨ ਤੋਂ ਨਾ ਜੇਲ੍ਹਾਂ ਤੋਂ ਅਸੀਂ ਸਿਰਫ ਇਹ ਗੱਲ ਕਰ ਰਹੇ ਹਾਂ ਵੀ ਇੱਥੇ ਇਹ ਜਿੰਨੇ ਵੀ ਇਸ ਮਾਰਗ ਤੇ ਤੁਰਨਾ ਉਹ ਤਿਆਰ ਰਵੇ ਨਾ ਪਰਚੇ ਪਰਚੇ ਵਾਸਤੇ ਕੋਈ ਈ ਵੱਡੀ ਗੱਲ ਨਹੀਂ ਏ ਇੱਕ ਗੱਲ ਹੈ ਕਿ ਜਿਵੇਂ ਉਸ ਸ਼ਖਸ ਨੇ ਇਲਜ਼ਾਮ ਲਾਇਆ ਨੇ ਮੈਨੂੰ ਮਾਰਿਆ ਕੁੱਟਿਆ ਮੇਰੇ ਫੋਨ ਵੀ ਖੋ ਕੇ ਲੈ ਗਏ ਨੇ ਮੇਰੇ ਪੈਸੇ ਵੀ ਲੈ ਗਏ ਨੇ ਉਸ ਤੋਂ ਬਾਅਦ ਮੇਰੀ ਵੀਡੀਓ ਅਪਲੋਡ ਕਰਤੀ ਕਿ ਮੈਂ ਮਾਫੀ ਮੰਗਦਾ ਹਾਂ ਜਾਂ ਬਿਆਨ ਵਾਪਸ ਲੈਣਾ ਉਸ ਵੀਡੀਓ ਦਾ ਜਾਂ ਉਸ ਗੱਲ ਦਾ ਕੀ ਸੱਚ ਕੀ ਦੇਖੋ ਉਹ ਜਾਣਦਾ ਹੋਊ ਜਿਹੜਾ ਵੀਡੀਓ ਜਿਹੜਾ ਪਾਉਣ ਵਾਲਾ ਠੀਕ ਹੈ ਨਾ ਤੇ ਮੈਂ ਵੀਡੀਓ ਬਣਾਉਣ ਵਾਲਿਆਂ ਚਾ ਨਾ ਪਾਉਣ ਵਾਲਿਆਂ ਚ ਠੀਕ ਹੈ ਇਹਦੀ ਜਾਂਚ ਪ੍ਰਸ਼ਾਸਨ ਕਰੇ ਵੀ ਕੀ ਹੋਇਆ ਕੀ ਨਹੀਂ ਹੋਇਆ ਮਾਫੀ ਉਹਨੇ ਮੰਗੀ ਦਾ ਮਤਲਬ ਉਹ ਗਲਤੀ ਕੀਤੀ ਫੇਰੀ ਮਾਫੀ ਮੰਗੀ ਉਹਨੇ ਹੁਣ ਜਦੋਂ ਨੇ ਮਾਫੀ ਮੰਗੀ ਮੈਂ ਵੀ ਵੇਖੀ ਉਹ ਵੀਡੀਓ ਉਹਦੇ ਚੋਂ ਚੰਗਾ ਬੜਾ ਨਜ਼ਰ ਆ ਰਿਹਾ ਮਾਫੀ ਮੰਗਦਾ ਕੋਈ ਉਹਦੀ ਕੁੱਟ ਮਾਰਨੀ ਹੋਈ ਹੈ ਸੋ ਇਸ ਕਰਕੇ ਇੱਕ ਮਾਫੀ ਵਾਲੀ ਵੀਡੀਓ ਫਿਰ ਉਹ ਤੋਂ ਵੀ ਮੁਕਰ ਜਣਾ ਵੀ ਨਹੀਂ ਮੈਂ ਮਾਫੀ ਨਹੀਂ ਮੰਗੀ ਮੇਰੇ ਕੋਲ ਜ਼ਬਰਦਸਤੀ ਮੰਗਾਈ ਗਈ ਹੈ ਸੋ ਇਹਦਾ ਮਤਲਬ ਹੈ ਉਹਨੂੰ ਇਨਫਲੂਐਂਸ ਕਰਕੇ ਉਹਦੇ ਪਿੱਛੇ ਕੋਈ ਬੰਦਾ ਖੜ ਕੇ ਇਹ ਗੱਲ ਕਰਾ ਰਿਆ ਉਹ ਚਾਹੁੰਦਾ ਹੋਵੇ ਪਰ ਚਾਹੁੰਦਾ ਨਹੀਂ ਚਾਹੁੰਦਾ ਵੱਖਰੀ ਵਿਸ਼ਾ ਔਰ ਮੇਰੇ ਤੇ ਇਲਜ਼ਾਮ ਲਾਈ ਜਾ ਰਿਹਾ ਵੀ ਮੈਂ ਉਹਨੂੰ ਗਾਣਾ ਗੱਡੀਆਂ ਨੌਨਸੈਂਸ ਗੱਲਾਂ ਨੇ ਫੋਨ ਤੁਹਾਡੇ ਕੋਲ ਹੈ ਉਹਦੇ ਇਹ ਮੇਰੇ ਕੋ ਕਿੱਥੋਂ ਆ ਜਾਣੇ ਫੋਨ ਉਹ ਦੇ ਦਿਸ ਉਹ ਸਰਾ ਸਰ ਸਾਫ਼ ਹੀ ਕਹਿੰਦਾ ਨਾ ਕਿ ਮੇਰੇ ਫੋਨ ਵੀ ਲੈ ਕੇ ਮੇਰੇ ਜਿੱਥੇ 2-3000 ਸੀਗਾ ਉਹ ਵੀ ਲੈ ਕੇ ਚਲੇਗੇ ਨਿਊ ਉਹਦੇ ਹਰਾਨੀ ਵਾਲੇ ਗਏ ਲੋ ਕਹਿੰਦਾ 2-3000 ਸਭ ਇੱਕ ਚਰਨਜੀਤ ਸਿੰਘ ਚੰਨੀ ਜੀ ਫੋਟੋ ਵਾਇਰਲ ਹੋ ਰਹੀ ਜਿਸ ਵਿੱਚ ਟੋਪੀ ਪਾਈ ਹੋਈ ਹੈ ਮਾਛਲੀ ਟੋਪੀ ਜਿਸ ਨੂੰ ਸਨਮਾਨਤ ਕਰ ਰਿਹਾ ਗੋਈ ਉਹਨਾਂ ਨੂੰ ਉਸ ਗੱਲ ਤੇ ਤੁਹਾਡਾ ਕੀ ਸੰਕੇਤ ਹੈ ਕਿਉਂਕਿ ਦਸਤਾਰ ਤੇ ਇੱਕ ਪਾਸੇ ਇਸ ਤਰੀਕੇ ਦੀਆਂ ਗੱਲਾਂ ਸ਼ੁਰੂ ਹੋਣੀਆਂ ਕਿਉਂਕਿ ਅੱਜ ਇੱਕ ਨੇ ਕੀਤਾ ਕੱਲ ਨੂੰ ਫਿਰ ਕੋਈ ਹੋਰ ਵੀ ਕਰ ਸਕਦਾ ਚੰਗੀ ਗੱਲ ਨਹੀਂ ਕੋਈ ਵੀ ਦਸਤਾਰ ਬੰਨਣਾ ਵਾਲਾ ਸਿੱਖ ਨੂੰ ਟੋਪੀ ਧਾਰੀ ਟੋਪੀ ਨਹੀਂ ਧਾਰਨ ਕਰਨੀ ਚਾਹੀਦੀ ਕੋਈ ਵੀ ਹੋਵੇ ਉਹ ਇਹ ਮਸਲਾ ਨਹੀਂ ਕੋਈ ਵੀ ਹੋਵੇ ਜਿਸ ਨੇ ਦਸਤਾਰ ਬੰਨ ਲਈ ਹੈ ਉਹਨੂੰ ਟੋਪੀ ਦੀ ਨਹੀਂ ਧਾਰਨ ਕਰਨੀ ਚਾਹੀਦੀ ਤੁਹਾਡਾ ਆਖਰੀ ਸਵਾਲ ਅੱਜ ਜਦੋਂ ਇਕੱਠ ਕਰ ਰਹੇ ਹੋ ਜਲਲਪੁਰ ਖੇੜਾ ਦੇ ਵਿੱਚ ਤੇ ਕਦੋਂ ਤੱਕ ਇਹ ਫੈਸਲਾ ਲਵੋਗੇ ਕਿ ਅਸੀਂ ਜਨਾਲੇ ਜਾਣਾ ਹੈ ਜਾਂ ਪ੍ਰਸ਼ਾਸਨ ਨਾਲ ਕਿਵੇਂ ਗੱਲ ਕਰਨੀ ਹੈ ਇਹ ਛੇਤੀ ਕੋ ਨਹੀਂ ਦੱਸਾਂਗੇ ਥੋੜਾ ਸਮਾਂ ਲੱਗੂਗਾ ਗੁਰਮਤਾ ਹੋਊਗਾ ਕੋਈ ਨੌਜਵਾਨ ਦੂਰੋਂ ਆ ਰਹੇ ਨੇ ਉਹ ਪਹੁੰਚਣਗੇ ਸਾਡੇ ਜਥੇਬੰਦੀ ਦੇ ਸਿੰਘ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨਗੇ ਜਿਵੇਂ ਜਾਣਦਾ ਹੈਗਾ ਨਹੀਂ ਇਹ ਬੈਠ ਕੇ ਹੀ ਗੁਰਮਤਾ ਹੋਊਗਾ ਜਾਣਾ ਨਹੀਂ ਜਾਣਾ ਇਹ ਬੈਠ ਕੇ ਗੁਰਮਤਾ ਹੋ ਜੀ ਸੋ ਭਾਈ ਅਮਰਿਤਪਾਲ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਪੂਰੀ ਜੋ ਸੱਚਾਈ ਸਾਹਮਣੇ ਰੱਖੀ ਹੈ ਪੂਰਾ ਪੱਖ ਸਾਹਮਣੇ ਰੱਖਿਆ ਕਿ ਇਹ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਨੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਟੈਲੀਪੋਸਟ ਜਲੂਪੁਰ ਖੇੜਾ ਰਈਆ